ਕੱਲ ਕਈ ਥਾਵਾਂ ਤੇ ਦੱਸ ਦਈਏ ਕਿ ਰੈਡ ਅਲਰਟ ਜਾਰੀ ਕੀਤਾ ਗਿਆ ਸੀ। ਪੰਜਾਬ ਦਾ ਬਠਿੰਡਾ ਸਭ ਤੋਂ ਜ਼ਿਆਦਾ ਗਰਮ ਜਿਹੜਾ ਹੈ ਉਹ ਦਰਜ ਕੀਤਾ ਗਿਆ, ਯਾਨੀ ਕਿ ਤਾਪਮਾਨ ਉੱਥੇ 40.9 ਡਿਗਰੀ ਸੈਲਸੀਅਸ ਸਭ ਤੋਂ ਜ਼ਿਆਦਾ ਗਰਮ ਜਿਹੜਾ ਉਹ ਬਠਿੰਡਾ ਜ਼ਿਲ੍ਹਾ ਰਿਹਾ ਹੈ, ਯਾਨੀ ਕਿ ਕਰੀਬ 47% ਟੈਂਪਰੇਚਰ ਉੱਥੇ ਰਿਹਾ। ਚੰਡੀਗੜ੍ਹ 'ਚ ਵੀ ਰਿਕਾਰਡ ਤੋੜ 44.5 ਡਿਗਰੀ ਸੈਲਸੀਅਸ ਤਾਪਮਾਨ ਰਿਹਾ ਹੈ ਤਾਂ ਫਰੀਦਕੋਟ ਦੇ ਪਠਾਨਕੋਟ ਦੇ ਵਿੱਚ ਵੀ ਤਾਪਮਾਨ 46 ਡਿਗਰੀ ਸੈਲਸੀਅਸ ਤੋਂ ਉੱਪਰ ਸੀ। ਕੱਲ੍ਹ ਗਰਮੀ ਤੋਂ ਕੁਝ ਰਾਹਤ ਦੀ ਸੰਭਾਵਨਾ ਹੈ। ਪੰਜਾਬ ਦੇ ਵਿੱਚ ਅੱਜ ਰਾਤ ਤੋਂ ਕਈ ਥਾਂ ਮੀਂਹ ਪੈ ਸਕਦਾ ਹੈ, ਪਰ ਅੱਜ ਦਾ ਜ਼ਿਕਰ ਕੀਤਾ ਜਾਵੇ ਤਾਂ ਅੱਜ ਦਾ ਦਿਨ ਅਜੇ ਵੀ ਬੇਹੱਦ ਹੀ ਜ਼ਿਆਦਾ ਅੱਤ ਦੀ ਗਰਮੀ ਪੈ ਰਹੀ ਹੈ। ਡਾਕਟਰਸ ਵੀ ਇਹ ਦੱਸ ਰਹੇ ਨੇ ਕਿ ਕਿਸ ਤਰੀਕੇ ਦੇ ਨਾਲ ਉਹਨਾਂ ਦੇ ਕੋਲ ਮਰੀਜ਼ ਆ ਰਹੇ ਨੇ, ਚੱਕਰ ਖਾ ਕੇ ਡਿੱਗ ਜਾਂਦੇ ਨੇ, ਕਿਉਂਕਿ ਬਹੁਤ ਹੀ ਜ਼ਿਆਦਾ ਇਹ ਜ਼ਿਆਦਾ ਚਾਂਸਿਸ ਹੁੰਦੇ ਨੇ ਕਿ ਪਾਣੀ ਦੀ ਕਮੀ ਜਦੋਂ ਸਰੀਰ ਦੇ ਵਿੱਚ ਹੋ ਜਾਂਦੀ ਹੈ, ਕਿਉਂਕਿ ਵਾਰ ਵਾਰ ਇਹ ਕਿਹਾ ਜਾਂਦਾ ਹੈ ਜੇਕਰ ਬੇਹੱਦ ਹੀ ਜ਼ਿਆਦਾ ਗਰਮੀ ਦੇ ਵਿੱਚ ਤੁਸੀਂ ਬਾਹਰ ਹੋ, ਕੰਮ ਕਰ ਰਹੇ ਹੋ ਤਾਂ ਵਾਰ ਵਾਰ ਲਿਕੁਇਡ ਕੁਛ ਲੈਂਦੇ ਰਹੋ, ਨਿੰਬੂ ਪਾਣੀ ਜਾਂ ਹੋਰ ਕਿਸੇ ਵੀ ਜਿਹੜਾ ਹੈ ਸ਼ੇਪ ਦੇ ਵਿੱਚ ਤੁਸੀਂ ਜਿਹੜਾ ਪੀ ਸਕਦੇ ਹੋ, ਲਿਕੁਇਡ ਲੈ ਸਕਦੇ ਹੋ। ਤਾਂ ਮੌਸਮ ਵਿਭਾਗ ਦੇ ਮੁਤਾਬਿਕ ਅੱਜ ਰਾਤ ਤੋਂ 22 ਜੂਨ ਦੇ ਵਿਚਾਲੇ ਮੀਂਹ ਪੈਣ ਦੀ ਸੰਭਾਵਨਾ ਹੈ, ਯਾਨੀ ਕਿ 18 ਤਰੀਕ ਤੋਂ, ਅੱਜ ਤੋਂ ਇਹ ਕਿਹਾ ਜਾ ਰਿਹਾ ਸੀ, ਮੌਸਮ ਬਦਲ ਸਕਦਾ ਹੈ ਤਾਂ ਤੇਜ਼ ਹਨੇਰੀ ਤੂਫਾਨ ਦੇ ਨਾਲ ਹਲਕੀ ਬੂੰਦਾਬਾਂਦੀ ਦੀ ਸੰਭਾਵਨਾ ਹੈ। ਤਾਂ ਕੁੱਲ ਮਿਲਾ ਕੇ ਇੱਕ ਰਾਹਤ ਦੀ ਜ਼ਰੂਰ ਖਬਰ ਹੈ ਕਿ ਆਖਿਰਕਾਰ ਇਹ ਰਾਹਤ ਜਿਹੜੀ ਹੈ ਹੋ ਸਕਦੀ ਹੈ। ਪਰ ਕੁੱਲ ਮਿਲਾ ਕੇ ਅੱਜ ਦਾ ਦਿਨ ਜ਼ਿਕਰ ਕੀਤਾ ਜਾਏ, ਕੱਲ੍ਹ ਦਾ ਦਿਨ ਦਾ ਜ਼ਿਕਰ ਕੀਤਾ ਜਾਏ, ਕੱਲ੍ਹ ਬੇਹੱਦ ਹੀ ਜ਼ਿਆਦਾ ਅੱਤ ਦੀ ਗਰਮੀ ਸੀ ਔਰ ਉਸਦੀ ਵਜ੍ਹਾ ਦੇ ਨਾਲ ਦੱਸ ਦਈਏ ਕਿ ਬੇਹੱਦ ਜ਼ਿਆਦਾ ਜਿਹੜਾ ਹੈ ਉਹ ਪ੍ਰਭਾਵ ਪਿਆ ਔਰ ਕੁੱਲ ਮਿਲਾ ਕੇ ਬਿਜਲੀ ਦੀ ਡਿਮਾਂਡ ਵੀ ਵਧੀ ਹੈ। ਰਾਤ ਦੀ ਗਰਮੀ ਪੈ ਰਹੀ ਹੈ ਔਰ ਜੇਕਰ ਪੰਜਾਬ ਦੇ ਸਮੇਂ ਚੰਡੀਗੜ੍ਹ ਉੱਤਰ ਭਾਰਤ ਦਾ ਪੂਰੇ ਜ਼ਿਕਰ ਕੀਤਾ ਜਾਏ, ਬੇਹੱਦ ਹੀ ਜ਼ਿਆਦਾ ਗਰਮੀ ਦੇ ਨਾਲ ਲੋਕ ਜੂਝ ਰਹੇ ਨੇ। ਅਸੀਂ ਸਿੱਧਾ ਰੁਖ ਕਰਾਂਗੇ ਵੱਖੋ ਵੱਖ ਜ਼ਿਲ੍ਹਿਆਂ ਦਾ, ਸਾਡੇ ਸਹਿਯੋਗੀ ਲਾਈਵ ਮੌਜੂਦ ਨੇ, ਪਟਿਆਲਾ ਤੋਂ ਮਨੋਜ ਸ਼ਰਮਾ ਜੁੜ ਚੁੱਕੇ ਨੇ, ਤਰਨ ਤਾਰਨ ਤੋਂ ਸਿਧਾਰਥ ਅਰੋੜਾ ਲਾਈਵ ਮੌਜੂਦ ਨੇ ਔਰ ਰਾਘਵ ਜੈਨ ਜਲੰਧਰ ਤੋਂ ਰਿਪੋਰਟ ਕਰਨਗੇ ਤੇ ਨਾਲ ਹੀ ਚੰਡੀਗੜ੍ਹ ਤੋਂ ਅੰਕਿਤ ਦੁਦਾਨੀ ਤੋਂ ਇਹ ਪੁੱਛਾਂਗੇ ਕਿ ਇਹੋ ਜਿਹੇ ਹਾਲਾਤ ਨੇ। ਤਾਂ ਸਭ ਤੋਂ ਪਹਿਲਾਂ ਅਸੀਂ ਪਟਿਆਲਾ ਦਾ ਰੁਖ ਕਰਾਂਗੇ, ਮਨੋਜ ਸ਼ਰਮਾ ਸਾਡੇ ਨਾਲ ਲਾਈਵ ਮੌਜੂਦ ਹੈ। ਪਟਿਆਲਾ ਦੇ ਵਿੱਚ ਵੀ ਬੇਹੱਦ ਅੱਤ ਦੀ ਗਰਮੀ ਬਾਕੀ ਹੋਰ ਥਾਵਾਂ ਦੇ ਵਾਂਗ ਮਨੋਜ ਪੈ ਰਹੀ ਹੈ, ਤੁਸੀਂ ਕਿੱਥੇ ਮੌਜੂਦ ਹੋ, ਕਿੰਨੇ ਕੁ ਲੋਕ ਤੁਹਾਨੂੰ ਸੜਕਾਂ ਤੇ ਨਜ਼ਰ ਆ ਰਹੇ ਨੇ, ਕਿਉਂਕਿ ਜਿਸ ਨੂੰ ਤਾਂ ਜ਼ਰੂਰੀ ਕੰਮ ਹੈ ਦੇਖੋ ਉਸ ਨੂੰ ਤਾਂ ਘਰ ਤੋਂ ਬਾਹਰ ਨਿਕਲਣਾ ਪਏਗਾ। ਜੀ ਬਿਲਕੁਲ ਗੁਰਜੋਤ, ਮੈਂ ਜਦੋਂ ਇਹ ਖਬਰ ਕਰਨ ਦੇ ਲਈ ਆਇਆ ਤਾਂ ਮੈਂ ਛਾਂ ਦੇ ਵਿੱਚ ਇਸ ਕਰਕੇ ਖੜਾ ਕਿਉਂਕਿ ਬਾਹਰ ਉਸ ਜਗ੍ਹਾ ਦੇ ਉੱਪਰ ਇੰਨੀ ਤਪਸ਼ ਹੈ ਕਿ ਤੁਸੀਂ 5 ਮਿੰਟ ਦੇ ਲਈ ਵੀ ਉਸ ਜਗ੍ਹਾ ਤੇ ਨਹੀਂ ਖੜ ਸਕਦੇ। ਮੈਂ 22 ਨੰਬਰ ਫਾਟਕ ਦੇ ਉੱਪਰ ਮੌਜੂਦ ਹਾਂ, ਤੁਹਾਨੂੰ ਤਸਵੀਰਾਂ ਦਿਖਾ ਦਈਏ ਕਿ ਉਹ ਸਮੇਂ ਜਦੋਂ ਪਟਿਆਲੇ ਦੀ ਜਿਹੜੀ ਇਹ ਸੜਕ ਹੈ ਸਭ ਤੋਂ ਭੀੜ ਭਰੀ ਸੜਕ ਹੈ, ਪਰ ਸਿਰਫ ਉਹ ਲੋਕ ਇਸ ਸੜਕ ਦੇ ਉੱਪਰ ਜਾ ਰਹੇ ਨੇ ਜਿਨ੍ਹਾਂ ਨੇ ਆਪਣੇ ਕਾਰੋਬਾਰ ਕਰਨੇ ਨੇ, ਨੌਕਰੀਆਂ ਕਰਨੀਆਂ ਨੇ, ਪਰ ਟੋਟਲੀ ਜਿਹੜੀ ਮਾਰਕੀਟ ਹੈ 11 ਵਜੇ ਵੀ ਫਿਲਹਾਲ ਬੰਦ ਹੈ। ਕਾਰਨ ਇਹੀ ਹੈ ਕਿ ਲਗਾਤਾਰ ਗਰਮੀ ਪੈ ਰਹੀ ਹੈ। ਅਤੇ ਦੂਜੇ ਪਾਸੇ ਤੁਹਾਨੂੰ ਤਸਵੀਰਾਂ ਤਾਂ ਦਿਖਾਵਾਂਗੇ, ਨਾਲ ਜਿਹੜੇ ਲੋਕਲ ਨੇ, ਸ਼ਹਿਰੀ ਨੇ, ਉਹ ਵੀ ਇੱਥੇ ਮੌਜੂਦ ਨੇ, ਉਹਨਾਂ ਨਾਲ ਵੀ ਗੱਲ ਕਰਾਂਗੇ ਕਿ ਗਰਮੀ ਦੇ ਕੈਸੇ ਹਾਲਾਤ ਨੇ, ਕਿਉਂਕਿ ਕੱਲ੍ਹ ਜਿਹੜਾ ਤਾਪਮਾਨ ਸੀ 45 ਡਿਗਰੀ ਤੋਂ ਜ਼ਿਆਦਾ ਸੀ ਅਤੇ ਹੁਣ 38 ਡਿਗਰੀ ਹੈ, ਯਾਨੀ ਕਿ 11-12 ਵਜੇ ਤੱਕ ਜੇ 38 ਡਿਗਰੀ ਹੈ ਗੁਰਜੋਤ, ਤਾਂ ਦਿਨ ਦੇ ਵਿੱਚ 2-3 ਵਜੇ ਜਿਹੜਾ ਤਾਪਮਾਨ ਹੈ ਹੋਰ ਤੇਜ਼ ਹੋ ਜਾਣਾ, 45 ਡਿਗਰੀ ਕ੍ਰੋਸ ਕਰ ਸਕਦਾ, ਜਿਹੜੀ ਜਾਣਕਾਰੀ ਮਿਲੀ। ਮੇਰੇ ਇੱਕ ਸ਼ਹਿਰੀ ਮੌਜੂਦ ਨੇ, ਹੁਣੇ ਹੁਣੇ ਆਪਣੀ ਦੁਕਾਨ ਖੋਲ੍ਹਣ ਆਏ ਸੀ, ਸਰ ਕਿਸ ਤਰ੍ਹਾਂ ਦੇ ਹਾਲਾਤ ਨੇ ਪਟਿਆਲਾ 'ਚ ਗਰਮੀ ਦੇ? ਗਰਮੀ ਬੇਅੰਤ ਹੈ ਜੀ, ਤੌਬਾ ਮਚਾ ਰੱਖੀ ਹੈ। ਤੁਸੀਂ ਦੇਖੋ ਟਾਈਮ 10:10 ਹੋਏ ਨੇ, ਹੁਣ ਹੀ ਮੇਰੇ ਖਿਆਲ ਹੈ ਜਿਹੜਾ ਟੈਂਪਰੇਚਰ ਹੈ 40-42 ਦੇ ਅੱਟੇ ਵੱਟੇ ਹੋਇਆ ਵੈ, ਇਹ 12 ਵੱਜਦੇ ਹੀ 47-48 ਦੇ ਅੱਟੇ ਵੱਟੇ ਹੋ ਜਾਣਾ, ਅਤੇ ਉਸ ਦੌਰਾਨ ਮਤਲਬ 12 ਵਜੇ ਤੋਂ ਲੈ ਕੇ 5 ਵਜੇ ਤੱਕ ਕਰਫਿਊ ਲੱਗ ਜਾਂਦਾ ਰੋਡ 'ਤੇ, ਕੋਈ ਗਾਹਕ ਨਹੀਂ, ਕੁਛ ਨਹੀਂ, ਮਤਲਬ ਇੰਨਾ ਜ਼ਿਆਦਾ ਬੁਰਾ ਹਾਲ ਹੈ, ਇੰਨੀ ਤਪਸ਼ ਹੈ।
ਐਸੋ ਗੁਰਜੋਤ ਦੇਖੋ ਤੁਸੀਂ ਜਿਹੜੇ ਸ਼ਹਿਰੀ ਨੇ ਉਹਨਾਂ ਨੇ ਗੱਲ ਕਹੀ ਹੈ ਕਿ ਗਰਮੀ ਇੰਨੀ ਹੈ ਕਿ ਪਟਿਆਲਾ ਦੇ ਵਿੱਚ ਜੇ 1 ਵਜੇ ਦੀ ਗੱਲ ਕਰੀਏ ਤਾਂ ਕਰਫਿਊ ਲੱਗ ਜਾਂਦਾ, ਲੋਕਾਂ ਦੇ ਜਿਹੜੇ ਕੰਮ ਕਰ ਰਹੇ ਉਹ ਪ੍ਰਭਾਵਿਤ ਹੋ ਰਹੇ ਨੇ, ਤੇ ਇਸੇ ਕਰਕੇ ਜਿਹੜੀ ਆਵਾਜਾਈ ਹੈ ਜਾਂ ਲੋਕਾਂ ਦੀ ਬਿਲਕੁਲ ਰੋਜ਼ ਦੇਖੋ ਅਸੀਂ ਤੁਹਾਡੇ ਪਿੱਛੇ ਦੇਖ ਵੀ ਪਾ ਰਹੇ ਹਾਂ, ਬਹੁਤ ਸਾਰੀਆਂ ਜ਼ਿਆਦਾਤਰ ਜਿਹੜੀਆਂ ਦੁਕਾਨਾਂ ਨੇ ਉਹ ਸਾਨੂੰ ਬੰਦ ਨਜ਼ਰ ਆ ਰਹੀਆਂ ਨੇ। 10 ਵਜੇ ਦਾ ਸਮਾਂ ਹੋ ਚੁੱਕਿਆ, ਅਮੂਮਨ ਤੌਰ ਤੇ ਗਰਮੀਆਂ ਦੇ ਵਿੱਚ 8 ਵਜੇ ਜਿਹੜੀਆਂ ਦੁਕਾਨਾਂ ਨੇ ਖੁੱਲ ਜਾਂਦੀਆਂ ਨੇ, ਪਰ ਕਈ ਜਿਹੜੇ ਦੁਕਾਨਦਾਰ ਅਸੀਂ ਕਹਿ ਸਕਦੇ ਹਾਂ ਉਹ ਵੀ ਇਸ ਵੇਲੇ ਇੰਨੇ ਜ਼ਿਆਦਾ, ਕਿਉਂਕਿ ਗਾਹਕ ਬਹੁਤ ਘੱਟ ਆਉਂਦਾ ਹੈ। ਜੇਕਰ 10 ਵਜੇ ਦੀ ਗੱਲ ਕਰੀਏ ਤਾਂ ਉਸੇ ਵੇਲੇ ਤੋਂ ਹੀ ਗਾਹਕ ਘੱਟ ਆਉਣਾ ਸ਼ੁਰੂ ਹੋ ਜਾਂਦਾ ਹੈ। ਅਸੀਂ ਜਲੰਧਰ ਦਾ ਰੁਕ ਕਰਾਂਗੇ ਤੇ ਮਨੋਜ ਸਾਨੂੰ ਤਸਵੀਰਾਂ ਜ਼ਰੂਰ ਦਿਖਾਉਂਦੇ ਰਹੋ, ਇਹ ਬੰਦ ਦੁਕਾਨਾਂ ਗਵਾਹੀ ਭਰ ਰਹੀਆਂ ਨੇ ਕਿ ਕਿੰਨੀ ਜ਼ਿਆਦਾ ਗਰਮੀ ਹੈ। ਰਾਘਵ ਜੈਨ ਨੇ ਮੇਰੇ ਸਹਿਯੋਗੀ ਜਲੰਧਰ ਤੋਂ, ਰਾਘਵ ਤਾਪਮਾਨ ਕਿੰਨਾ ਦਰਜ ਕੀਤਾ ਜਾ ਰਿਹਾ ਹੈ, ਕੱਲ ਦੀ ਗੱਲ ਕਰੀਏ ਅੱਜ ਦੀ ਗੱਲ ਕਰੀਏ ਜਲੰਧਰ ਦਾ, ਔਰ ਕੀ ਕੁਝ ਤਸਵੀਰ ਹੈ? ਬਿਲਕੁਲ ਇਸ ਵਕਤ ਜਿਹੜਾ ਕਿ 40 ਡਿਗਰੀ ਤੱਕ ਜਿਹੜਾ ਟੈਂਪਰੇਚਰ ਪਹੁੰਚਿਆ ਹੋਇਆ ਤੇ ਗਰਮੀ ਦੇ ਨਾਲ ਬੁਰਾ ਹਾਲ ਹੋ ਚੁੱਕਿਆ, ਕਿਉਂਕਿ ਦੁਪਹਿਰ ਹੁੰਦੇ ਹੁੰਦੇ ਜਿਹੜੀ ਗਰਮੀ ਹੈ ਉਹ 45 ਡਿਗਰੀ ਤੋਂ ਉੱਪਰ ਜਾ ਚੁੱਕੀ ਹੈ। ਇਸ ਵਕਤ ਮੈਂ ਹੁਸ਼ਿਆਰਪੁਰ ਜਲੰਧਰ ਹਾਈਵੇ ਤੇ ਮੌਜੂਦ ਹੈ। ਆਮ ਤੌਰ ਤੇ ਚੰਦਪੁਰਨੀ ਜਾਣ ਨੂੰ ਜਾਂ ਹਿਮਾਚਲ ਜਾਣ ਨੂੰ ਕਾਫੀ ਗੱਡੀਆਂ ਇੱਥੋਂ ਲੰਘਦੀ ਹੈ, ਪਰ ਇਸ ਵਕਤ ਰਸ਼ ਬਹੁਤ ਘੱਟ ਦਿਖਦਾ ਪਿਆ ਕਿਉਂਕਿ ਲੋਕ ਗਰਮੀ ਤੋਂ ਬਹੁਤ ਜ਼ਿਆਦਾ ਪਰੇਸ਼ਾਨ ਹੋ ਚੁੱਕੇ। ਮੈਂ ਤਸਵੀਰਾਂ ਦਿਖਾਉਣਾ ਚਾਹੂੰਗਾ, ਇੱਥੋਂ ਜਲੰਧਰ ਦੀ ਹੱਦ ਜਿਹੜੀ ਕਿ ਸ਼ੁਰੂ ਹੋ ਜਾਂਦੀ ਹੈ, ਵੈਸੇ ਜਲੰਧਰ ਦੇ ਅੰਦਰ ਹੀ ਆਉਂਦਾ ਡਿਸਟ੍ਰਿਕਟ ਦੇ ਵਿੱਚ, ਤੇ ਇੱਥੋਂ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿ ਗੱਡੀਆਂ ਬਹੁਤ ਘੱਟ ਨਜ਼ਰ ਆਊਗੀ। ਮੇਨ ਹਾਈਵੇ ਹੈਗਾ ਵਾ, ਏਅਰਪੋਰਟ ਨੂੰ ਵੀ ਇਹ ਰੋਡ ਜਾਂਦੀ ਹੈਗੀ ਹੈ, ਲੇਕਿਨ ਉਸ ਤੋਂ ਬਾਵਜੂਦ ਜਿਹੜਾ ਕਿ ਗਰਮੀ ਕਰਕੇ ਬਹੁਤ ਘੱਟ ਜਿਹੜਾ ਕੀ ਹੈ ਰਸ਼ ਦੇਖਣ ਨੂੰ ਮਿਲਦਾ ਪਿਆ, ਕਿਉਂਕਿ ਟੈਂਪਰੇਚਰ ਤਾਂ ਹੈਗਾ ਵਾ, ਉਹਦੇ ਨਾਲ ਜਿਹੜੀ ਗਰਮ ਹਵਾ ਚੱਲਦੀ ਪਈ ਹੈ ਉਹਨੇ ਜਿਹੜਾ ਕਿ ਜ਼ਿਆਦਾ ਹਾਲਤ ਜਿਹੜੀ ਖਰਾਬ ਕੀਤੀ ਹੋਈ ਹੈ, ਕਿਉਂਕਿ ਜਦੋਂ ਵੀ ਬੰਦਾ ਅੱਧਾ ਘੰਟਾ ਵੀ ਅਗਰ ਘਰੋਂ ਬਾਹਰ ਨਿਕਲਦਾ ਜਾਂ ਕੰਮ ਤੇ ਜਾਂਦਾ ਵਾ ਤੇ ਉਹਦੀ ਕਹਿ ਸਕਦੇ ਕਿ ਸਰੀਰ ਦੀ ਬੁਰੀ ਹਾਲਤ ਹੋ ਜਾਂਦੀ, ਜੇ ਤਾਂ ਉਹ ਪਾਣੀ ਪੀਂਦਾ ਰਹਿੰਦਾ ਨਾਲ ਨਾਲ, ਜਾਂ ਫਿਰ ਕੋਈ ਜਿਸ ਤਰ੍ਹਾਂ ਗੱਲ ਕੀਤੀ ਸੀ ਕੋਈ ਲੈਮਨ ਜੀ ਦੀ ਚੀਜ਼ ਪੀਤੀ ਹੋਵੇ ਜਾਂ ਫਿਰ ਕੋਈ ਹੋਰ ਡਰਿੰਕ ਪੀਤੀ ਹੋਵੇ ਤਾਂ ਬੰਦਾ ਠੀਕ ਰਹਿੰਦਾ ਵਾ, ਲੇਕਿਨ ਉਸ ਤੋਂ ਇਲਾਵਾ ਜੇ ਬੰਦਾ ਘੁੰਮਦਾ ਰਵੇ ਤੇ ਗਰਮੀ ਦੇ ਨਾਲ ਬੁਰਾ ਹਾਲ ਹੋ ਜਾਂਦਾ, ਦੁਕਾਨਦਾਰਾਂ ਦਾ ਵੀ ਬੁਰਾ ਹਾਲ ਹੋਇਆ ਪਿਆ ਕਿਉਂਕਿ ਗਾਹਕ ਨਹੀਂ ਘਰੋਂ ਬਾਹਰ ਨਿਕਲਦਾ ਹੈਗਾ। ਕੋਈ ਵੀ ਵਿਅਕਤੀ ਹੈਗਾ ਜਾਂ ਤਾਂ ਉਹਨੇ ਕੰਮ ਕਾਰ ਤੇ ਜਾਣਾ ਤਾਂ ਘਰੋਂ ਬਾਹਰ ਨਿਕਲਦਾ ਪਿਆ, ਜਾਂ ਫਿਰ ਕੋਈ ਮਜਬੂਰੀ ਹੈ ਤਾਂ ਨਿਕਲਦਾ ਪਿਆ, ਅਗਲਾ ਕੋਈ ਸ਼ਾਪਿੰਗ ਜਾਂ ਕੋਈ ਹੋਰ ਕੰਮ ਲਈ ਨਹੀਂ ਨਿਕਲਦਾ ਪਿਆ ਹੈਗਾ। ਇਸ ਲਈ ਜਿਹੜੇ ਦੁਕਾਨਦਾਰ ਆ ਉਹ ਵੀ ਪਰੇਸ਼ਾਨ ਬੈਠੇ ਕਿਉਂਕਿ ਉਹਨਾਂ ਨੂੰ ਦੁਕਾਨ ਖੋਲਣ ਲਈ ਤਾਂ ਆਉਣਾ ਪੈਂਦਾ ਵਾ ਤੇ ਗਰਮੀ ਬਹੁਤ ਜ਼ਿਆਦਾ ਲੱਗਦੀ ਪਈ ਹੈ, ਦੂਜੇ ਪਾਸੇ ਲਾਈਟ ਵੀ ਕੱਟ ਵੀ ਕਈ ਲੱਗਦੇ ਪਏ ਕਈ ਥਾਵਾਂ ਤੇ ਬਹੁਤ ਜ਼ਿਆਦਾ, ਤੇ ਉਸ ਕਰਕੇ ਵੀ ਲੋਕਾਂ ਦੀ ਪਰੇਸ਼ਾਨੀ ਬਹੁਤ ਜ਼ਿਆਦਾ ਵਧੀ ਹੋਈ ਹੈ ਕਿਉਂਕਿ ਗਰਮੀ ਨੇ ਕਹਿਰ ਪਾਇਆ ਹੋਇਆ। ਪਰ ਇੱਕ ਪਤਾ ਲੱਗ ਰਿਹਾ ਕਿ ਜਿਹੜੇ ਮੌਸਮ ਵਿਭਾਗ ਵੱਲੋਂ ਕਿ ਸ਼ਾਇਦ ਬਾਰਿਸ਼ ਹੋ ਸਕਦੀ ਹੈ ਅੱਜ ਜਾਂ ਕੱਲ੍ਹ ਵਿੱਚ, ਤੇ ਜੇ ਬਾਰਿਸ਼ ਹੁੰਦੀ ਤਾਂ ਕਿਤੇ ਨਾ ਕਿਤੇ ਜਿਹੜੀ ਗਰਮ ਹਵਾ ਵਾ ਉਹਦੇ ਤੋਂ ਜਿਹੜਾ ਕਿ ਲੋਕਾਂ ਦਾ ਬਚਾਅ ਹੋਊਗਾ, ਸ਼ਾਇਦ ਥੋੜੀ ਰਾਹਤ ਮਿਲੇ। ਲੇਕਿਨ ਹਾਂ ਜੀ ਬਿਲਕੁਲ, ਤੁਸੀਂ ਲੂ ਦਾ ਜ਼ਿਕਰ ਕਰ ਰਹੇ ਹੋ, ਪਰ ਜੇਕਰ ਦੇਖੋ ਰਾਘਵ ਇੱਕ ਵਾਰ ਲੂ ਲੱਗ ਗਈ ਤਾਂ ਸੁਭਾਵਿਕ ਤੌਰ ਤੇ 4-5 ਦਿਨ ਜਿਹੜਾ ਹੈ ਤੁਹਾਨੂੰ ਸਰੀਰਕ ਤੌਰ ਤੇ ਜੂਝਣਾ ਪਏਗਾ, ਡਾਕਟਰ ਦੇ ਕੋਲ ਚੱਕਰ ਕੱਟਣੇ ਪੈਣਗੇ। ਡਾਕਟਰ ਲਗਾਤਾਰ ਐਡਵਾਈਸ ਕਰ ਰਹੇ ਨੇ ਕਿ ਇਹ ਲੂ ਨੂੰ ਲਾਈਟਲੀ ਨਾ ਲਿਆ ਜਾਵੇ, ਬਹੁਤ ਜ਼ਿਆਦਾ ਖਤਰਨਾਕ ਹੋ ਸਕਦੀ ਹੈ। ਤਰਨ ਤਾਰਨ ਦਾ ਅਸੀਂ ਰੁਕ ਕਰਾਂਗੇ, ਸਿਧਾਰਥ ਅਰੋੜਾ ਨੇ, ਔਰ ਰਾਘਵ ਤੁਸੀਂ ਵੀ ਤਸਵੀਰਾਂ ਸਾਨੂੰ ਦਿਖਾਉਂਦੇ ਰਹੋ, ਸੜਕ ਤੇ 2-ਪਹੀਆ ਵਾਹਨ ਇੱਕਾ ਦੁੱਕਾ ਸਾਨੂੰ ਨਜ਼ਰ ਆ ਰਹੇ ਨੇ, 4-ਪਹੀਆ ਵਾਹਨ 'ਚ ਲੋਕ ਪ੍ਰੈਫਰ ਕਰਦੇ ਨੇ ਕਿ ਜਾਇਆ ਜਾਵੇ। ਸਿਧਾਰਥ ਤਸਵੀਰਾਂ ਵੀ ਦਿਖਾਇਓ ਔਰ ਗੱਲਬਾਤ ਕਰਨ ਦੀ ਕੋਸ਼ਿਸ਼ ਕਰਿਓ ਕਿਸੇ 2-ਵੀਲਰ ਵਾਲੇ ਨਾਲ, ਕਿਸ ਤਰੀਕੇ ਦੇ ਨਾਲ ਉਹ ਇੱਕ ਤੋਂ ਥਾਂ ਤੋਂ ਦੂਸਰੀ ਥਾਂ ਤੇ ਜਾ ਰਹੇ ਨੇ, ਕਿਵੇਂ ਜੂਝ ਰਹੇ ਨੇ ਇਸ ਤਪਦੀ ਗਰਮੀ ਦੇ ਨਾਲ। ਬਿਲਕੁਲ, ਇਸ ਵਕਤ ਮਾਝੇ ਦੀ ਗੱਲ ਕਰੀਏ ਤਾਂ ਮਾਝੇ ਦੇ ਵਿੱਚ ਵੀ ਲਗਾਤਾਰ ਗਰਮੀ ਦਾ ਪ੍ਰਕੋਪ ਦਿਨ ਪੇ ਦਿਨ ਜਿਹੜਾ ਵੱਧਦਾ ਹੋਇਆ ਨਜ਼ਰ ਆ ਰਿਹਾ ਜੀ। ਇਸ ਵਕਤ ਤਸਵੀਰਾਂ ਤੁਹਾਨੂੰ ਦਿਖਾ ਸਕਦੇ ਹਾਂ ਔਰ ਬੋੜੀ ਚੌਂਕ ਦੇ ਵਿੱਚ ਮੌਜੂਦ ਆ, ਜਿੱਥੇ ਲਗਾਤਾਰ ਗਰਮੀ ਜਿਹੜੀ ਹੈ ਬਹੁਤ ਜ਼ਿਆਦਾ ਜਿਹੜੀ ਹੈ ਪੈ ਰਹੀ ਹੈ, ਔਰ ਬਜ਼ੁਰਗ ਜਾ ਰਹੇ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼, ਕਿਸ ਤਰ੍ਹਾਂ ਦੇਖਦੇ ਜੀ ਲਗਾਤਾਰ ਜਿਵੇਂ ਇੰਨੀ ਗਰਮੀ ਪੈਂਦੀ ਆ ਆਉਣਾ ਜਾਣਾ? ਹਾਂਜੀ, ਬਜ਼ੁਰਗਾਂ ਵਾਸਤੇ ਬਹੁਤ ਥੋੜੀ ਜਿਹੀ ਮੁਸ਼ਕਲ ਹੈ ਕਿਉਂਕਿ ਗਰਮੀ ਬਹੁਤ ਪੈ ਰਹੀ ਹੈ। ਕਿੱਥੋਂ ਆ ਰਹੇ ਤੁਸੀਂ ਸਵੇਰੇ ਸਵੇਰੇ ਹੁਣ? ਅਸੀਂ ਦਵਾਈ ਲੈ ਕੇ ਆ ਰਹੇ। ਇੱਥੇ ਲੋਕਲ? ਨਹੀਂ ਜੀ,
ਜੀ ਉੱਪਰ ਬਿਲਕੁਲ ਆਪਾਂ ਗੱਲਬਾਤ ਕੀਤੀ ਮੈਂ ਪਿੰਡ ਤੋਂ ਇਹ ਬਜ਼ੁਰਗ ਆਏ ਨੇ ਔਰ ਤਸਵੀਰ ਤੁਸੀਂ ਦੇਖੋ ਕਿ ਇਹ ਬੋੜੀ ਚੌਂਕ ਦੀਆਂ ਤਸਵੀਰਾਂ ਨੇ ਹਾਲਾਂਕਿ ਜਿਹੜੇ ਸਿਰੇ ਸਿਰੇ ਹੀ ਲੋਕ ਜਿਹੜੇ ਨੇ ਕੰਮ ਕਰ ਨਿਬੇੜਨ ਵਾਲੇ ਲੋਕ ਜਿਹੜੇ ਨੇ ਉਹ ਸਿਰੇ ਸਿਰੇ ਹੀ ਨਿਬੇੜ ਲੈਂਦੇ ਨੇ ਕਿਉਂਕਿ 11 ਵਜੇ ਤੋਂ ਬਾਅਦ ਜਿਹੜਾ ਘਰੋਂ ਨਿਕਲਣਾ ਜਿਹੜਾ ਬਹੁਤ ਹੀ ਮੁਸ਼ਕਿਲ ਹੁੰਦਾ ਔਰ ਸਭ ਤੋਂ ਵੱਡੀ ਗੱਲ ਆ ਪੁਲਿਸ ਵਾਲਿਆਂ ਦੀ ਆਪਾਂ ਗੱਲ ਕਰ ਰਹੇ ਹਾਂ ਕਿ ਲਗਾਤਾਰ ਇਹ ਸਾਰੀ ਧੁੱਪ ਜਿਹੜੀ ਹੈ ਆਪਾਂ ਕਹਿ ਸਕਦੇ ਧੁੱਪ ਦੇ ਵਿੱਚ ਟ੍ਰੈਫਿਕ ਦੀ ਡਿਊਟੀ ਕਰਦੇ ਨੇ ਔਰ ਇਸੇ ਤਰੀਕੇ ਦੇ ਨਾਲ ਇਸੇ ਚੌਂਕ ਦੇ ਵਿੱਚ ਇਹ ਮੌਜੂਦ ਰਹਿੰਦੇ ਨੇ ਔਰ ਇਹ ਤਸਵੀਰਾਂ ਨੇ ਜਿਵੇਂ ਲਗਾਤਾਰ ਜਿਵੇਂ ਟ੍ਰੈਫਿਕ ਪੁਲਿਸ ਮੁਲਾਜ਼ਮ ਜਿਹੜੇ ਨੇ ਇਸ ਤਰੀਕੇ ਦੇ ਨਾਲ ਡਟੇ ਰਹਿੰਦੇ ਨੇ ਇਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਵੀ ਕਰਾਂਗੇ ਔਰ ਇਹ ਤੁਹਾਨੂੰ ਤਸਵੀਰਾਂ ਜਿਹੜੀਆਂ ਆਪਾਂ ਜਿਹੜੀਆਂ ਨੇ ਲਾਈਵ ਜ਼ਰੂਰ ਕੈਪਚਰ ਹੋਈਆਂ ਨੇ ਔਰ ਲਾਈਵ ਤਸਵੀਰਾਂ ਤੁਹਾਨੂੰ ਆਪਾਂ ਦਿਖਾ ਰਹੇ ਹਾਂ ਔਰ ਗੱਲਬਾਤ ਕਰਨ ਦੀ ਵੀ ਕੋਸ਼ਿਸ਼ ਕਰਦੇ ਹਾਂ ਇੰਨੀ ਗਰਮੀ ਪੈਣ ਦੀ ਆ ਲਗਾਤਾਰ ਡਿਊਟੀ ਜਾਰੀ ਰਹਿੰਦੀ ਇੱਦਾਂ ਹੀ ਡਿਊਟੀ ਸਾਰਾ ਇੱਥੇ ਇਹ 8 ਵਜੇ ਤੋਂ ਲੈ ਕੇ 8 ਵਜੇ ਤੱਕ ਡਿਊਟੀ ਭਰਾਂਗੇ ਜੀ ਬਿਲਕੁਲ ਲਾਈ ਚੱਲਦੇ ਨੇ ਤਸਵੀਰਾਂ ਜਿਹੜੀਆਂ ਆਪਾਂ ਜ਼ਰੂਰ ਦਿਖਾਈਆਂ ਨੇ ਲਗਾਤਾਰ ਜਿਵੇਂ ਗਰਮੀ ਦੇ ਵਿੱਚ ਲੋਕ ਜਿਹੜੇ ਨੇ ਬੜੇ ਮੁਸ਼ਕਿਲ ਜਿਹੜੇ ਨੇ ਘਰੋਂ ਨਿਕਲਦੇ ਨੇ ਹਾਲਾਂਕਿ 11 ਵਜੇ ਤੋਂ ਬਾਅਦ ਨਿਕਲਣਾ ਜਿਹੜਾ ਲੋਕਾਂ ਦਾ ਕਿਤੇ ਨਾ ਕਿਤੇ ਜ਼ਰੂਰ ਬੇਹਾਲ ਹੋ ਜਾਂਦਾ ਔਰ ਇਹ ਤਸਵੀਰਾਂ ਤੁਹਾਨੂੰ ਬੋੜੀ ਚੌਂਕ ਦੀਆਂ ਦਿਖਾ ਰਹੇ ਹਾਂ ਜਿੱਥੇ ਲੋਕ ਸਵੇਰ ਸਵੇਰੇ ਹੀ ਹਰ ਇੱਕ ਨੂੰ ਹੁੰਦਾ ਕਿ ਸਵੇਰੇ ਸਵੇਰੇ ਹੀ ਆਪਣਾ ਕੰਮ ਜਿਹੜਾ ਆਪਾਂ ਨਿਬੇੜ ਦੀ ਔਰ ਉਸ ਤੋਂ ਬਾਅਦ ਜਿਹੜੇ ਨੇ ਘਰੋਂ ਜਿਹੜਾ ਨਾ ਨਿਕਲੀਏ ਲੋਕ ਇਸ ਤੋਂ ਬਾਅਦ ਘਰੋਂ ਨਿਕਲਣ 'ਚ ਵੀ ਜਿਹੜਾ ਜ਼ਰੂਰ ਗਰੇਜ ਕਰਦੇ ਨੇ ਜੀ ਬਿਲਕੁਲ ਬਿਲਕੁਲ ਔਰ ਇਹ ਤਸਵੀਰਾਂ ਦਿਖਾ ਰਹੇ ਹੋ ਤਰਨ ਤਾਰਨ ਤੋਂ ਇਸੇ ਤਰੀਕੇ ਸਿਧਾਰਥ ਸਾਨੂੰ ਤਸਵੀਰਾਂ ਦਿਖਾਉਂਦੇ ਰਹੇ ਹੋ ਤਾਂ ਗੱਲਬਾਤ ਕੀਤੀ ਪੁਲਿਸ ਮੁਲਾਜ਼ਮ ਦੇ ਨਾਲ ਜੋ ਬਿਲਕੁਲ ਚੁਰਾਹੇ ਦੇ ਵਿੱਚ ਖੜੇ ਨੇ ਔਰ ਜਿਹੜੇ ਸਾਰਾ ਦਿਨ 8 ਤੋਂ 8 ਡਿਊਟੀ ਆ ਅੰਦਾਜ਼ਾ ਲਾਇਆ ਜਾ ਸਕਦਾ ਕਿੰਨਾ ਤਪਸ਼ ਕਿੰਨੀ ਜ਼ਿਆਦਾ ਜਿਹੜਾ ਅਸੀਂ ਕਹਿ ਸਕਦੇ ਹਾਂ ਕਿ ਸੂਰਜ ਇਸ ਵੇਲੇ ਅੱਗ ਬਰਾ ਰਿਹਾ ਔਰ ਉਸੇ ਦੇ ਵਿੱਚ ਖੜਨਾ ਜਿਹੜਾ ਉਹ ਉਹਨਾਂ ਦਾ ਕਹਿਣਾ ਕਿ ਡਿਊਟੀ ਕਰਨੀ ਹੈ ਤਾਂ ਕਰਨਾ ਹੀ ਪਏਗਾ। ਚੰਡੀਗੜ੍ਹ ਦਾ ਰੁਖ ਕਰ ਲੈਂਦੇ ਹਾਂ, ਸਾਡੇ ਨਾਲ ਅੰਕਿਤ ਦੁਦਾਨੀ ਮੌਜੂਦ ਨੇ ਚੰਡੀਗੜ੍ਹ ਦੇ ਵਿੱਚ ਵੀ। ਅੰਕਿਤ ਦੇਖੋ ਤਾਪਮਾਨ ਕੱਲ ਵੀ 44 ਡਿਗਰੀ ਦਰਜ ਕੀਤਾ ਗਿਆ, ਅੱਜ ਵੀ ਇਸੇ ਦੇ ਨੇੜੇ ਤੇੜੇ ਹੈ, ਬੇਖਬ ਜ਼ਿਆਦਾ ਗਰਮੀ ਪੈ ਰਹੀ ਹੈ। ਸੁਖਨਾ ਲੇਕ ਦੀਆਂ ਅਸੀਂ ਤਸਵੀਰਾਂ ਦਿਖਾ ਰਹੇ ਹਾਂ ਲਗਾਤਾਰ ਕਿੰਨਾ ਜ਼ਿਆਦਾ ਉੱਥੇ ਪਾਣੀ ਵੀ ਲੈਵਲ ਵੀ ਘੱਟ ਰਿਹਾ, ਲੋਕ ਵੀ ਆਣਾ ਜਾਣਾ ਘੱਟ ਹੋ ਗਏ ਨੇ ਤਾਂ ਸਿੱਧੇ ਤੌਰ ਤੇ ਪ੍ਰਭਾਵ ਪੈ ਰਿਹਾ ਔਰ ਜਿਹੜੇ ਜ਼ਰੂਰੀ ਕੰਮਾਂ ਵਾਲੇ ਲੋਕ ਨੇ ਉਹ ਤਾਂ ਨਿਕਲ ਰਹੇ ਨੇ ਸੜਕਾਂ ਤੇ। बिल्कुल, चंडीगढ़ की बात करें, हरियाणा की बात करें, लगातार गर्मी का प्रकोप लोगों को सता रहा है, लेकिन अभी जो अगले जो 4-5 दिन हैं वो वेस्टर्न डिस्टरबेंस जो है उसके कारण से कहीं ना कहीं गर्मी में राहत मिलेगी, हल्की फुल्की बारिश होगी और हवा चल रही है, क्योंकि लगातार जो लू चल रही थी लू की बजाय अब हवा चल रही है तो गर्मी से कुछ ना कुछ राहत दे रही है। लेकिन किसानों के लिए ये कहीं ना कहीं मुसीबत भरी है, क्योंकि धान की फसल जो है अगर बारिश नहीं होगी तो धान की फसल होगी नहीं, और ट्यूबवेल से क्योंकि पानी इतना नहीं होता कि धान की फसल को दिया जा सके, जो कुदरत की बारिश होती है उसी से धान की फसल अच्छी होती है, तो किसानों के माथे के ऊपर जरूर चिंता की लकीरें हैं, लेकिन लोगों को अब अगले 4-5 दिनों के अंदर राहत जरूर मिलेगी। लेकिन जिस तरह से अब की बार वेस्टर्न डिस्टरबेंस के कारण गर्मी कुछ ज़्यादा ही पड़ी है, 44 से 45 डिग्री तक टेम्परेचर रहा है और लोग कहीं ना कहीं घर से बाहर निकलने में परहेज कर रहे हैं, तो जरूरी काम होता है जब भी घर से बाहर निकलते हैं, और आज मैं आपको बता दूं कि आज निर्जला एकादशी भी है, तो आपको मैं दिखाना चाहूँगा कि आप देख सकते हैं कि जगह जगह जो है पानी की स्टॉलें भी लगनी शुरू हो गई हैं, अभी यहाँ टेंट लग चुका है, थोड़ी देर के अंदर यहाँ पानी की स्टॉल लग जाएगी, तो आज जो निर्जला एकादशी है उसके चक्कर के अंदर उसके उपलक्ष्य के अंदर तो पूरे हरियाणा में पंजाब में पूरे देश भर में लोग ठंडे पानी की छबीले लगाते हैं, तो उससे भी कहीं ना कहीं लोग आज गर्मी में राहत महसूस करेंगे, क्योंकि जहां भी जाएंगे वहां जगह जगह ठंडे पानी की छबीले लगती हुई मिलेंगी, तो उससे भी क्योंकि जैसे ही गर्मी में कहा जाता है कि डायरिया हो जाता है,
फायदा हो जाता है क्योंकि पानी की कमी हो जाती है, और वो पानी की कमी ना हो लोगों को लगातार डॉक्टर यही सलाह देते हैं कि लगातार पानी पीते रहें, कोल्ड ड्रिंक पीते रहें या जो नींबू का पदार्थ है जो वो पीते रहें। तो लगातार आज जिस तरह से है वो निर्जला एकादशी के उत्सव के ऊपर सभी जगह ठंडी जो लस्सी की छबीलें लगाई गई है, तो कहीं ना कहीं किसानों के लिए जैसे मैंने कहा चिंता की बात जरूर है, लेकिन आने वाले 4-5 दिन के अंदर इसमें राहत मिलने की भी उम्मीद है। ठीक है, बिल्कुल। और तस्वीर तुम दिखाई हैं चंडीगढ़ तो रिपोर्ट की है, तो कुल मिला के जिसका जिक्र कर रहे हैं ठंडे मिठे जल दिया छबीलां, तो दस दिए कि लगातार एक महीने तो इसे तरीके जारी ने क्योंकि गुरु अर्जन देव जी के शहीदी दहाड़े को समर्पित जिहड़ियां छबीलां ने वो चलदियां ने, और अज भी जिहड़ा छबीला है वो लगातार जारी ने। तो एक असं कह सकते हैं लोगों को यह राहत जरूर मिल जाती है जो सड़क पर जा रहे होंगे ने, तो उत्थे थोड़ा जिहड़ा है पानी जो मिल जाए तो बिल्कुल एक बहुत वड्डी राहत का काम करता है। तो साडे सहयोगी वख वख जिलों तों जुड़े, बहुत बहुत शुक्रिया सारिया दा, बहुत बहुत धन्यवाद है। तो लोग गर्मी के झुलसे पे ने, अत की गर्मी पै रही है, और ये वख वख थाई तो रिपोर्ट।